ਅਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਬਲੌਗ 'ਚ। ਬਾਕੀ ਬਈ ਬੰਦੇ ਜਿਹੜੇ ਅੜੀਆਂ ਕਰਦੇ ਤੇ ਆਏ ਗਏ ਆਪਣੇ ਗੁੱਡਣ ਮਿਲਾਉਂਦਾ ਸਾਨੂੰ ਉਹਨਾਂ ਨਾਲ। ਅਸਿਕਾਲ ਜੀ ਲੋ ਜੀ 1 ਕਿੱਲਾ ਕਾ 1 ਕਿੱਲਾ ਰਾਸ਼ਨ ਫੁੱਲਾ ਕਿੱਥੇ ਮਾਲਾ ਸਿੰਘ ਮਾਲਾ ਵਿੱਚ 1.5 ਕਿੱਲੇ ਦਾ ਕਿੱਲਾ ਦੱਦੇ ਆ ਮੜੀ ਉਹ ਵਿਸਤਾਰ ਤੋਂ ਦੱਸ ਦੇ ਨਹੀਂ ਤੈਨੂੰ ਕਿਸੇ ਨੇ ਕਿਹਾ ਐਸੇ ਕਿਸੇ ਨੇ किसी ने कहा नहीं है, हम लोग को कराता है वैसे कहता है किला है यार, ये किला है, बाद में बुक मुकर जाता है पता है नहीं आ कनाड़ा तो मनिया बिग्गा मनिया थोड़ा 1.5 किलो ही चुना आधा किलो ही आधा किलो ही खा गए आधा गल माड़ी है यार हैं रोपड़ जिला ਰਾਸ਼ਨ ਖੁੱਲਾ 1.5 ਕਿੱਲੇ ਦਾ ਕਿੱਲਾ ਪਰ ਆਓ ਫਿਰ ਯਾਰ ਇੱਕ ਚੀਜ਼ ਤਾਂ ਕੰਮ ਨਹੀਂ ਹੋਦੀ ਉਹਨਾਂ ਨੇ ਰਾਸ਼ਨ ਖੁੱਲਾ ਕਰਤਾ ਹਾਂ ਰਾਸ਼ਨ ਵੀ ਖੁੱਲਾ ਕਾ ਪਤਾ ਹੈ ਕਹਤਾ ਮਿਰਚ ਹੈ ਤਾਂ ਨਿੰਮਕ ਨਹੀਂ ਮਿਰਚ ਹੈ ਤਾਂ ਨਿੰਮਕ ਨਹੀਂ ਤੇਲ ਨਹੀਂ ਹਾਂ ਮੈਰੇ ਵਾਲਾ ਸੁੱਕਾ ਸਿੱਧਾ ਕੰਮ ਲੋਟ ਨਹੀਂ ਹਾਂ ਸੁੱਕਾ ਸਿੱਧਾ ਜਿਕੜਾ ਮੈਂ ਤੁਹਾਨੂੰ ਦੇ ਦਿੰਦਾ ਸੁੱਕਾ ਸਿੱਧਾ ਕਰੇ ਕਰੋ 2-4 ਸਾਲ ਦੇ ਉੱਪਰ ਨੂਣ ਮਿਰਚ ਅਗਲੇ ਨਾਲ ਕਰੀ ਨਾ ਕਰੋ ਨਹੀਂ ਆ ਨੂਣ ਨਹੀਂ ਸਿੱਧਾ ਅਗਲੇ ਨਾਲ 100-200 ਰੁਪਇਆ ਕਰੋ पैसा देने में भी जो रोने लगता है हाँ? पैसा देने में रोने लगता है हाँ? इन्ना ले लिया इन्ना आज नहीं होगा हाँ? ये तो बहुत दुखी लगता कल होगा परसों होगा नहीं तू ही और पिंड चले जा तू ही बाला से इतना दुखी है छोड़ दो मेरे पे ओ ए छोड़ दे री इधर 24 घंटे वाली लाइट लग गया हुआ पंखा चलता है भैया सोता है लोग ही ऊपर पंखा चलता है अपने छोड़ दो छोड़ दो क्या 18 इंच का लोई भाई इन्हें तंग कर बंदे ने ज्यादा ही दुखी लगते हैं लंबड़दार हूं हिलिया फिर पाला कोहली नू हाथ अज दुपहरा गड्डवा लग लिया ना कहना रोपड़ जिला 1.5 किले का किला रासम खुला किले का सानू मशहूर कर देना जे होर कहूंगा जाके भी फलानी जगह ना जायो बंदे चले गए ना 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 दम खोल करता जी हकना ही ना इन्ना फर्क पाउंदा हुंदा कोई हसदे ना ये पिट के दसदे हैं अगला हां पैग लगा लेंदा चल ना सर फिर खबर उते किला ही होना इनू 1.5 किला दिखी गया ताही कही जांदा रोपड़ जिला किले का 1.5 किला है चलो चलदे हां भाई आज वीरा ही रे पाउन लगे वे चलनी उधर नु भी जाना अपन ने बंदे आ गए अपने हुण ही लगे आ खुंजा जई गुड्डे आ चार बज गए जानी 2 घंटे लाऊंगे हुण शहरो शहरी बहुत करते हैं बड़ा शायर है अच्छा है ओने टाइम च पूरे देखे करूंगा हां अच्छा शायर बंदा है अपना पिंड दा दस दे नाम दस दे हुन मेरा गांव बिहार मेरा नाम संजय है संजय हां बिहार ते बिहार ते हां पिंड केड़ा जिला केड़ा जिला सहरसा जिला सहरसा पिंड पिंड कांप हैं पिंड कांप कांप हां ਸਾਰਿਆਂ ਦਾ ਹੀ ਕਾਂਪ ਅਲੱਗ ਅਲੱਗ ਉਹ ਕਿਹੜੇ ਕਾਂਪ ਦਾ ਕਾਂਪ ਗਾਉਂ ਦੇ ਕਿਹੜੇ ਕਾਂਪ ਗਾਉਂਦੇ ਹੀ ਆ ਸਾਰੇ ਇਹੀ ਆ ਬਸ ਗਿਆ ਤਾਂ ਹੀ ਲੰਬੜਦਾਰੀ ਦਿੱਤੀ ਵੀ ਇਹਨੂੰ ਹੈ ਚੱਲ 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 ਬਸ ਚੱਲ ਲੋ ਜੀ ਬਈ ਮੱਕੀ ਵਾਲੇ ਖੇਤ ਚ ਆ ਕੇ ਚੱਲੀਆਂ ਜਿਹੜੀ ਆਪਾਂ ਨੇ ਮੱਕੀ ਬੀਜੀ ਸੀ 2 ਕਿੱਲੇ ਤੇ ਇੱਧਰ ਮਿਲੋ ਮਾਸਣ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮਾਸਾ ਸਪਰੇਅ ਕਰਤੀ ਦੀ ਕੀੜੀ ਕੁੜੀ ਦੀ ਵੀ ਹੈਗਾ ਕਿਤੇ ਕਿਤੇ ਮਣਾ ਮੁੱਟ ਹਾਂ ਹੈਗਾ ਜਿੱਥੇ ਹੈ ਵੀ ਤਕੜਾ ਹੀ ਕੰਮ ਲਾਉਂਦਾ ਸਾਰੇ ਹੀ ਬੁੱਤਾ ਖਾਦਾ ਪਿਆ ਹਨਾ ਸਵਾਰਾ ਕਰਦੀ ਇੱਕ ਹਨਾ ਸਵਰੇ ਕਰ ਦੋ ਇੱਕ ਅੱਧੀ ਮੈਨੂੰ ਤਰ੍ਹਾਂ ਫੇਰ ਬੁੱਕਾ ਜਿਹਾ ਲੱਗਦਾ ਇਹਦਾ ਰੇਤਾ ਜਿਹਾ ਯਾਰ ਹੋਣਾ ਰੇਤਾ ਜਿਹਾ ਹਾਂ ਫੇਰ ਉਹ ਪਾਣੀ ਲਾ ਦਿਓ ਤੁਸੀਂ ਲੈਟ ਆਉਂਦੀ ਆ ਪਾਣੀ ਤਾਂ ਲਾ ਦੇ ਨਾ ਇਹਨੇ 24-25 ਦੱਸਿਆ ਜਦ ਤੱਕ ਤਾਂ ਫੇਰ ਪਾਣੀ ਨੇ ਦੁਬਾਰਾ ਆਹ ਦੁਬਾਰਾ ਪਾਣੀ ਲੱਗ ਜਾਣਾ ਇਹਨੂੰ ਤਾਂ ਜਾਂਦਾ ਮੱਕੀ ਐ ਚੱਲ ਪੈਂਦੀ ਆ ਤੁੰਦੇ ਰੇਤਾ ਪਾਣੀ ਉਹ ਮੰਗ ਰਹੀ ਹੁਣ ਆਹ ਤੇਰਾ ਕਾਲਾ ਥੋੜਾ ਦਬਿਆ ਹੋਇਆ ਹੈ ਆਹ ਕਹਿ ਰਿਹਾ ਤੇਰੇ ਬੜੀਆ ਔਖਿਆ ਦਾ ਤੇ ਪਾਣੀ ਨਾਲੇ ਮੜਾ ਜਾ ਦਬ ਗਿਆ ਜਿਆਦਾ ਲੱਗ ਗਿਆ ਪਾਣੀ ਦੇ ਹੁਣ ਇਹਨੂੰ ਪਾਣੀ ਦੇ ਲਾ ਕੇ ਨਾ ਰੇਹ ਘੇਰ ਤੋਂ ਪਹਿਲਾਂ ਰੇਹ ਕਰਕੇ ਪਾਣੀ ਲਾ ਦੋ ਇਹ ਤਾਂ ਗਣ ਬੰਦਰਾ ਉੱਠਣਾ ਨਾ ਮੈਂ ਚਰੀ ਦਾ ਇੱਕੜਾ ਮੇਰੀ ਚਰੀ ਆਸ ਨਹੀਂ ਤੇ ਹੈਗੀ ਵੀ ਚਰੀ ਇੰਨੀ ਸਪਰੇਅ ਪਹਿਲਾਂ ਕਰਦੀ ਏ
ਸਪਰੇਅ ਪਹਿਲਾਂ ਕਰ ਦਿਓ, ਸਪਰੇਅ ਕਰ ਦਿਓ, ਰੇ ਵੀ ਗੇਰ ਦਿਓ ਵਿੱਚ ਅਜੂਰੀਆ। ਹਾਂ ਫਿਰ ਪਾਣੀ ਫੇਰ ਲਾ ਦਈਏ ਨਾ। ਮੈਂ ਅਜੂਰੀਆ ਦੇ ਦੋ ਤਿੰਨ ਛਿੱਟੇ ਲਾ ਦਿੱਤੇ ਚਰੀ ਨੂੰ, ਗੈਲ ਲਾ ਕੇ ਪਾਣੀ ਮੁੜ ਗਿਆ, ਮੇਰੇ ਖੇਤ ਸੁੱਕਣ ਦਿੱਤਾ, ਹੁਣ ਚਰੀ ਇੰਨੀ ਨਹੀਂ ਹੋ ਗਈ, ਹੁਣ ਵਧਣ ਲੱਗ ਗਈ ਚਰੀ ਨਿਕਲਾ। ਇੱਕ ਮੈਂ ਫਿਰ ਸੁੰਡੀ ਦੀ ਸਪਰੇਅ ਵੀ ਕਰੀ ਉਹਦੇ ਕੋਲ, ਨਹੀਂ ਪੱਤਾ ਲੱਗ ਗਿਆ ਸੁੱਕਣ ਜਾ ਉਹਦਾ, ਵੀ ਇੰਨੇ 'ਚ ਕਾਇਮ ਹੋ ਗਈ। ਫਿਰ ਪਿਛਲੇ ਵਾਰ ਵੀ ਕਰੀ, ਇੱਕ ਐਕਟੀ ਵਾ ਚਰੀ ਤੁਸੀਂ ਮਿੱਠੀ ਜੀ ਬੀਜੋਗੀ, ਜਾਣੀ ਪਹਿਲਾਂ ਜ਼ਿਆਦਾ ਪੈਂਦੀ ਹੋਣੀ, ਉਹਨੂੰ ਕੀੜੀ ਜ਼ਿਆਦਾ ਪੈਂਦੀ, ਜ਼ਿਆਦਾ ਪੈਂਦੀ ਹੈ। ਚੱਲ ਇੱਕ ਅੱਧੀ ਸਪਰੇਅ ਕਰਨੀ ਪਈ, ਹੋਰ ਕਰ ਦਊਂਗੇ, ਫਿਰ ਬਾਅਦ 'ਚ ਨਜ਼ਾਰਾ ਪਏਗਾ, ਹੁਣ ਜੜ੍ਹ ਤਾਂ ਹੀ ਹਰੀ ਰਹਿੰਦੀ ਹੈ, ਨਹੀਂ ਦੂਏ ਥੱਲੇ ਇੰਨੀ ਸੁੱਕ ਜਾਂਦੀ ਉਹ ਪਟੂਸਾ 'ਚ ਰਹਿੰਦਾ, ਫਿਰ ਵੀ ਫਿਰ ਉਹਦਾ ਤਸੱਲੀ ਵਾਲਾ ਕੰਮ ਹੈ। ਬਾਕੀ ਜੇ ਪਤਾ ਹੈਗਾ ਬਾਈ ਪੱਤਾ ਖਾਧਾ ਵਾ, ਇਹ ਕਰੀਏ ਸਪਰੇਅ ਹੁਣ ਕਰਨ ਹੈਗਾ ਜਿੱਥੇ ਹੈਗਾ ਨਾ। ਹਾਂ ਹਾਂ ਪਰਸੋਂ ਆਇਆ ਤਾ ਮੈਂ, ਜਦ ਤਾਂ ਠੀਕ ਤੀ, ਹੁਣੀ ਕੱਲ ਯੂਰੀਆ ਪਾ ਕੇ ਪਾਣੀ ਬਹੁਤ ਮੰਗ ਦੇ ਜਦ ਇੱਕ ਵਾਰ ਪਾਣੀ ਲੱਗ ਲੈਂਦਾ ਨਾ ਫਿਰ ਨਹੀਂ ਖੜਦੀ, ਫਿਰ ਜੇ ਪਾਣੀ ਨਾ ਲੱਗਿਆ ਹੋਵੇ ਫਿਰ ਚੱਲੀ ਜਾਂਦੀ। ਹਲੇ ਨਾ ਪਾਣੀ ਤਾਂ ਲਾਉਣਾ ਹੀ ਕਦੇ ਦਿਨ ਤੋਂ, ਕਈ ਜਗ੍ਹਾ ਦਬੀ ਵੀ ਆ ਇੰਨਾ ਪਾਣੀ ਕਰਕੇ ਦਬੀ ਵਿੱਚ, ਜਿਹੜਾ ਹੁਣ ਆਹ ਵਿਚਾਲੇ ਚੱਗੀ ਸੋਹਣਾ ਰਹੀਦਾ ਫਰਕ ਹੈ ਮੈਨੂੰ ਜੀ ਗੇਰੇ ਦਾ। ਨਾ ਨਾ ਤੇ ਤਾਂ ਮੈਂ ਹੀ ਇਕੱਲੇ ਨੇ ਗਿਆ ਜੀ, ਹੈ ਵਿੱਚ ਉੱਤੇ ਨਹੀਂ ਪਾਣੀ ਆ, ਇਹਦੇ 'ਚ ਜ਼ਿਆਦਾ ਭਰ ਕੇ ਲੱਗ ਗਿਆ ਮਨ, ਪਾਣੀ ਕਰਕੇ ਹੀ ਦਬੀ ਜੀ। ਹੁਣ ਵਾਲੇ ਰਹੇ ਨੇ ਕਰਨੀ ਬਰਾਬਰ ਤਾਂ ਇਹ ਕੋਈ ਨਹੀਂ ਆ, ਚੱਲ ਪੈਂਦੇ ਹੁਣ ਆਹ ਚੱਲ ਪਈ ਮੱਕੀ ਪੂਰੀ, ਇਹਨਾਂ ਦਾ ਹੁਣ ਪਾਣੀ ਲੱਗੀ ਜਾਣਾ ਵਧੀ ਜਾਣਾ, ਇੱਥੇ ਆ ਕੇ ਤਾਂ ਨਹੀਂ ਰੇਹੜੀ ਫਿਰ ਲੋੜ ਨਹੀਂ ਪੈਂਦੀ, ਜਾਂ ਗੋਡਿਆਂ ਦੇ ਉੱਪਰ ਚਲੇਗੀ ਫਿਰ ਨਹੀਂ ਇੰਨਾ, ਅੱਜ ਕੜਾ ਛੋਟੀ ਰਹਿ ਗਈ ਨਾ ਦਬੀ ਵੀ ਇਹਨੂੰ ਹੋਣੀ ਆ। ਕਈ ਬੰਦੇ ਉਹ ਕਹਿੰਦਾ ਵੀ ਰੇਹ ਦਾ ਫਰਕ ਨਹੀਂ, ਮੈਨੂੰ ਤਾਂ ਰੇਹ ਦਾ ਫਰਕ ਲੱਗਦਾ ਕਿ ਇਹ ਝੋਲੀ ਕੋਲ ਤੇ ਇਕਣਾ ਗਿਰੀ ਜਾਂਦਾ, ਉੱਥੇ ਜ਼ਿਆਦਾ ਗਿਰਿਆ ਵਾ ਰੇ, ਜ਼ਿਆਦਾ ਗਿਰਿਆ ਵਾ ਝੋਲੀ ਦੇ ਨਾਲ, ਇੱਧਰ ਆਏ ਹੱਥ ਆ ਗਿਆ ਉੱਥੇ ਮੁੜ ਕੇ ਫੇਰ ਹੱਥ ਆ ਜਾਂਦਾ ਦੁਬਾਰਾ, ਹਾਂ ਦੁਬਾਰਾ ਮੈਂ ਉੱਥੇ ਮੁੜ ਆਉਂਦਾ, ਡਬਲ ਗਿਰ ਜਾਂਦਾ ਉੱਥੇ, ਮੈਂ ਦੁਬਾਰਾ ਉਹੀ ਲਾਈਨ ਮੈਂ ਫਿਰ ਗਿਰ ਕੇ ਆ ਕੇ ਦੂਜੀ ਸਾਈਡ ਵਾਲੀ ਲਾਈਨ ਲੈ ਆਉਂਦਾ, ਇੱਕ ਸਾਈਡ ਨੂੰ ਹੱਥ ਚਲਾਉਂਦਾ ਤਾਂ ਜਾਨਵਰ ਬੜਿਆ ਵਾ, ਖਾਦੀ ਵੀ ਆ। ਹਾਂ ਬਸ ਆਏ ਕਿ ਪੈਡ ਭਾਈ ਖਾਦੇ ਬੈਣ ਹੋਣੀਆਂ ਦਾ ਬੈਣ ਬੂਣ ਜਿਹੜੀ ਆਪਾਂ ਕਹਿੰਦੇ ਆ, ਹੂੰ ਬੈਣਾ ਵੀ ਲੱਗਦੀਆਂ ਬੈਣ ਹਨਾ, ਹੂੰ ਉਹੀ ਸਾਈਡ। ਚੱਲ ਬਾਕੀ ਠੀਕ ਆ, ਹੁਣ ਜੋ ਯੂਰੀਆ ਪੈਣਾ ਸਾਰੀਆਂ ਚੱਕ ਹੋ ਜਾਣੀਆਂ ਫੰਟਾ ਜੀ, ਇਹਦੇ ਨਾਲ ਰੇ ਬਾਦੇ ਇੱਕ ਪਾਣੀ ਲੱਗਦਾ ਕਰਦੇ ਅੱਗੇ ਸੁੱਕਾ ਪਾਣੀ ਗਲੇ ਹੋਣਾ ਹੁੰਦਾ ਪਾਣੀ ਪਕਈ, ਹੂੰ ਬਾਕੀ ਹਲੇ ਅਸੀਂ ਪਰਾਂ ਵਾਲੇ ਵੀ ਬਾਉਣੇ ਆ ਅੱਜ ਕੱਲ ਚ ਬਾਉਂਦੇ ਉਹਨਾਂ ਨੂੰ ਵੀ, ਕੱਲ ਕੁੱਲ ਨੂੰ ਦੇਖ ਲਓ ਖੋਣੇ ਆ ਉਹ ਪਰਾਂ, ਹਾਂ ਇੱਕ ਆਹ ਫੇਰ ਹਾਂ ਜਿਹਦੇ ਖੰਭਾ ਖੜਾ ਸਾਹਮਣੇ, ਆਹ ਬੁਰਜੀਆਂ ਲੱਗੀਆਂ ਵੀ ਮੁੜ ਗਿਆ, ਆ ਬੁਰਜੀਆਂ ਲੱਗੀਆਂ ਵੀ ਨਹੀਂ ਦਿਖਦੀਆਂ, ਇਹ ਆਪਣੀਆਂ ਹੀ ਲਾਈਆਂ ਵੀ ਨਾ ਬਾਈ, ਉਹ ਬੁਰਜੀਆਂ ਲੰਬੀ ਵਾਹ ਲਾਂਗੀਆਂ, ਹਾਂ ਹਾਂ ਆਹੀ ਆ ਬੁਰਜੀਆਂ ਹੀ ਆ ਆਏ ਮੁੜ ਕੇ ਉਹ ਤੱਕ ਨੂੰ, ਹਾਂ ਅੱਛਾ ਉੱਥੇ ਤੱਕ ਹੈ, ਹਾਂ ਉਹ ਖੁੰਜੇ ਤੇ ਫੇਰ ਆਹ ਖੰਭਾ ਖੜਾ ਇੱਕ ਗੱਬੇ ਜੀ ਉਹ ਦਿਖਦੀ ਇੱਕ, ਹਾਂ ਇੱਕ ਉਹ ਖੁੰਜੇ ਫਿਰ ਉਹ ਸਿਵਿਆਂ ਨੂੰ ਆ ਜਾਂਦੀ ਬੱਟ ਖੁੰਜੇ ਬੱਟ ਲੱਗ ਜਾ ਕੇ, ਹਾਂ ਉਹਨਾਂ ਨੂੰ ਲੱਗੇ ਉਹ ਖੁੰਜੇ ਸਿਵਿਆਂ ਵਾਲੇ ਚ ਆ ਜਾਂਦੀ ਛੱਲੀਆਂ ਵਾਲੇ, ਮੈਂ ਸਮਝਦਾ ਇੱਥੇ ਜਿੱਥੇ ਡਿੱਗੀ ਆਏ ਮੁੜ ਗਈ, ਹੂੰ ਇੱਥੇ ਦੇ ਤੈਨੂੰ ਠੀਕ ਹੈ, ਇੱਥੇ ਤੇ ਆਏ ਵੀ ਜਾਂਦੀ ਜ਼ਮੀਨ, ਹੂੰ ਜ਼ਮੀਨ ਠੀਕ ਆ ਆਪਣੇ ਨੇੜੇ ਆਪਣੇ ਉਹ ਦੂਈ ਘਰ ਵਾਲੀ ਜ਼ਮੀਨ ਉਹ ਪਰਾਂ ਹੈ ਜਿੱਥੇ ਉਹ ਗੁੱਡਣ ਲੱਗੇ ਵੇ ਉਹਦੇ 2-3 ਕਿੱਲਿਆਂ ਦਾ ਫਰਕ ਹੈ ਵਿੱਚ, 2 ਕਿੱਲ 2.5 ਕਿੱਲਿਆਂ ਦਾ ਲਾਵਾਂ, 2 ਕਿੱਲਿਆਂ ਦਾ ਫਰਕ ਆ ਯਾਰ ਪਿੰਡ ਆਪਣਾ ਇੱਧਰ ਆ ਪਿੰਡ ਨੇੜੇ ਮੰਡ ਮੁੰਡ ਵਾਲਿਆਂ ਨਾਲ ਤਾਂ ਠੀਕ ਹੈ ਕੰਮ, ਬਹੁਤ ਫਾਇਦਾ ਜੇ 4-5 ਹਜ਼ਾਰ ਮਹਿੰਗੀ ਵੀ ਹੋਵੇ ਤਾਂ ਵੀ ਸਸਤਾ ਸਸਤੀ ਆ ਘਰ ਦੇ ਬਾਹਰ ਤਾਂ ਹੈਗੀ ਆ, ਹੋਰ ਮਰਜ਼ੀ ਉੱਥੇ ਜਾਣਾ ਹੀ 7-8 ਕਿਲੋਮੀਟਰ ਔਖਾ ਹੋ ਜਾਂਦਾ, ਇਹ ਤਾਂ ਹੈ ਬੰਦਾ ਆਉਂਦਾ ਜਾਂਦਾ ਯਾਰ ਨੱਕਾ ਕਰ ਜਾਂਦਾ ਉਰੇ, ਜੀਰੀ ਦੇ ਟਾਈਮ ਮੋਟਰਾਂ ਚੱਲੀ ਜਾਂਦੀਆਂ, ਗੇੜ ਜੇ ਚ ਹੋਵੇ ਬੰਦਾ ਘੁੰਮੀ ਵੀ ਜਾਂਦਾ, ਜੇ ਤੁਸੀਂ ਰੇਹ ਪੱਤ ਨਹੀਂ ਪਾਉਣਾ ਨਾ ਕੱਲ ਕੋਲੋਂ ਤਾਂ ਇਹਦਾ ਆਟੋਮੈਟਿਕ ਲਾ ਜੇ ਰਾਤ ਰੂਤ ਨੂੰ ਆ ਗਈ ਤਾਂ ਭਰ ਦਊਗਾ, ਨਹੀਂ ਨਹੀਂ ਕੱਲੂ ਸਵੇਰੇ ਹੀ ਆਉਂਗੇ ਚਲਾਏ ਦੇਣੇ ਸੱਤਾਂ, ਅੱਛਾ 2 ਬੰਪ ਚੱਕ ਲਿਆਉਂਗੇ ਕੁਝ ਲੱਗਣਾ ਲਿਆ, ਇੱਕ ਆਪਣਾ ਅਵਾਰਾ ਡੰਗਰਾਂ ਦਾ ਫਾਇਦਾ ਬਹੁਤ ਆਉਣਾ,
ਬਾੜੇ ਖੁੱਲੇ ਪਏ ਨੇ ਸਾਡੇ ਅੱਡਾ ਦਾ ਉਹਨਾਂ ਦਾ ਪੱਕਾ ਅਵਾਰਾ ਡੰਗਰ ਦਿਖਦੇ ਹੀ ਨੀ ਖੜਦੇ ਹੀ ਆਉਣਾ ਪਿੰਡ ਅਰੇ ਸਾਡੀ ਜਗ੍ਹਾ ਦੀ ਉਹ ਆਣਤੀ ਵੀ ਖੁੱਲੀ ਪਈ ਉੱਥੇ ਬਹਿ ਜਾਂਦੇ ਪਿਆ ਰਾਤ ਨੂੰ 12-1 ਵਜੇ ਆ ਕੇ ਵੀ ਭਜਾਉਣੇ ਅਸੀਂ ਖੁੱਲੇ ਨੂੰ ਹਰੇਕ ਡੰਗਰ ਆ ਜਾਂਦਾ ਫਿਰ ਸਿੱਧਾ ਅੰਦਰ ਆਉਂਦਾ ਡੰਗਰ ਵੀ ਯਾਰ ਸਿਆਣਾ ਡੰਗਰ ਨੂੰ ਪਤਾ ਵੀ ਕਿੱਥੇ ਲੋਕ ਕੇ ਬੈਠਣਾ ਹਾਂ ਉੱਪ ਕੱਪ ਹੁੰਦੇ ਤੇ ਉਸ ਬਾਅਦ ਉੱਥੇ ਹੀ ਬੈਠੇ ਰਹਿੰਦੇ ਨੇ ਉੱਥੇ ਬੈਠਣਾ ਬਾਕੀ ਚਲੋ ਦੇਖ ਲਓ ਫਿਰ ਕਰ ਲਏ ਕਾਲੂ ਕਰਦੇ ਆ ਗੰਨੇ ਚ ਆ ਗਏ ਲੱਗ ਗਏ ਤਰਫਾਲੀ ਫੇਰਨ ਜੁੜਿਆ ਵਾ ਮੂਹਰੇ ਬੱਗਾ ਪਿੱਛੇ ਦੁੱਗੇ ਬੱਗੇ ਦੀ ਜੋੜੀ ਹੁੰਦੀ ਅੱਜ ਕਿੱਕਣਾ ਦੁੱਗੇ ਬੱਗੇ ਦੀ ਜੋੜੀ ਦੁੱਗਾ ਜੁੜਿਆ ਵਾ ਹੈ ਦੁੱਗਾ ਜੁੜਿਆ ਵਾ ਬੱਗਾ ਪਿੱਛੇ ਬੱਗਾ ਪਿੱਛੇ ਨਾ ਠੀਕ ਆ ਹੁਣ ਬੱਜ ਜਾਵੇ ਇਹਦੇ ਮੈਂ ਫਾਲੀ ਵਧੀਆ ਫਾਲੀ ਹੁਣ ਮਾਰ ਦੂੰਗੇ ਜੇ ਮੈਂ ਦੇਖਦਾ ਜੇ ਬੰਦਾ ਮਿਲਦਾ ਤਾਂ ਕੰਮ ਨਹੀਂ ਨਾ ਹੈਗਾ ਦੋ ਦਿਨ ਦਿਨ ਦਾ ਕੰਮ ਹੈ ਪਾਣੀ ਲਾ ਦੇਣਾ ਠੀਕ ਨੀ ਪਰਲੇ ਕਹਿ ਰਹੇ ਪਾਣੀ ਲਾ ਦੇ ਸਾਰੇ ਨੂੰ ਲਾ ਦੇਣਾ ਫਿਰ ਤਾਂ ਵੀ ਆ ਵੀ ਛੱਡ ਦੇਣਾ ਫਿਰ ਮਨ ਕਿੰਨਾ ਕੁ ਵੱਜਿਆ ਵੀ ਦੇ ਹੁਣ ਕਿੰਨਾ ਲੋਟ ਆਉਂਦਾ ਕੰਮ ਦੋ ਦਿਨ ਨਾਲ ਜੀ ਵਿਆ ਲੈ ਇੱਕ ਤਾਂ ਕੱਲ ਨੂੰ ਗੰਨੇ ਨੂੰ ਪਾਣੀ ਲਾਉਣਾ ਜਿਹੜਾ ਡਾਇਆ ਪਾਇਆ ਅੱਜ ਪਾਇਆ ਜਿਹਦੇ ਮੈਂ ਹਾਂ ਉਹਦੇ ਨੂੰ ਪਾਣੀ ਲੱਗਣਾ ਪਾਣੀ ਲੱਗਣਾ ਹੈ ਇਹ ਕਾ ਪੂਲਰਾਂ ਚੱਲਦੀ ਮੋਟਰ ਜੇ ਹੁਣ ਇੱਧਰ ਆ ਗਏ ਫਿਰ ਉਹ ਕੰਮ ਉਹ ਕੰਮ ਖਰਾਬ ਹੋਣਾ ਕੰਮ ਇਹਦਾ ਵੀ ਸਾਜਰੇ ਦਾ ਹੀ ਹੈ ਦਸ ਬੰਦੇ ਬੰਦੇ ਤਿੰਨ ਹੁਣ ਦਸ ਬੰਦੇ ਕੀਲਾ ਕਰ ਦਿੰਦੇ ਇਹਦੇ ਨਾਲ ਫਾਲੀ ਨਾਲ ਫਾਲੀਆਂ ਕੀਲਾ ਕਰ ਦਿੰਦੇ ਆ ਕੰਮ ਤਾਂ ਕੁਛ ਨਹੀਂ ਹੈਗਾ ਕੱਢਣੇ ਨੂੰ ਹੁਣ ਬੰਦੇ ਦੋ ਚਾਹੀਦੇ ਮੂਹਰੇ ਠੀਕ ਨੀ ਥੱਲੇ ਪਤਾਲ ਸਾਈ ਪੜਦੇ ਆ ਆਹੋ ਮੇਰੇ ਅੱਜ ਲੱਗ ਗਏ ਗੁੱਟਾਂ ਨੂੰ ਡੀਲੇ ਦੀ ਤਾਂ ਥੱਲੇ ਸਪਰੇ ਹੋਣੀ ਆ ਇਹ ਤਾਂ ਇਹਨਾਂ ਨੇ ਚੱਕਣੇ ਮੈਂ 4 ਸਾਲ ਹੋ ਗਏ ਗੰਨਾ ਹੁੰਦੇ ਨੂੰ ਉਰੇ 6ਵੇਂ ਸਾਲ ਮੈਂ ਗੰਨਾ ਚੱਲਦਾ ਹੁਣ ਚੌਥੇ ਮੈਂ ਕਹਿ ਚੌਥੇ ਚ ਪਹਿਲਾਂ ਜੀਰੀ ਲਾ ਲਈ ਸੀ ਜੀਰੀ ਲਾ ਲਈ ਉੱਤੇ ਪਹਿਲਾਂ ਗੰਨਾ ਤਾਂ ਉੱਤੇ ਪਹਿਲਾਂ ਗੰਨਾ ਤਾਂ ਫਿਰ ਜੀਰੀ ਲਾ ਕੇ ਫਿਰ ਗੰਨਾ ਕਣਕ ਬੀਜ ਕੇ ਫਿਰ ਗੰਨਾ ਬੀਜਿਆ ਤਾਂ ਗਾਹਾਂ ਨੂੰ ਜੀਰੀ ਲਾਉਂਦੇ ਆ 30 ਸਾਲ ਚ ਹੁਣ ਗੰਨਾ 30 ਚ ਜੀਰੀ ਲੱਗ ਲਈ ਵਿੱਚ ਇੱਕ ਵਾਰ ਭੁੱਲ ਗਿਆ ਤੂੰ ਫਿਰ ਗੰਨਾ ਲਾਈਏ ਗੰਨੇ ਵਾ ਲਾਈਏ ਬੂਟਾ ਬਾਪੂ ਲਾਉਣਾ ਮੇਰੀ ਸਲਾਹ ਤੇ ਕੰਮ ਲਾ ਦਿੰਦੇ ਜੀਰੀ ਲੱਗਣ ਦੇ ਮੈਂ ਜੀਰੀ ਲੱਗਣ ਦੇ ਕਾਕੋ ਕਦਮ ਜੀਰੀ ਨਹੀਂ ਹੁੰਦਾ ਤੁਸੀਂ ਗਾਹ ਨੂੰ ਬਾਬੀ ਜੜੇ ਲੈਣਾ ਐਤਕੀ ਇਹਨੂੰ ਤਾਂ ਕੋਈ ਚੱਕਰ ਨੀ ਚੱਕ ਹੋ ਜਾਣਾ ਜਦ ਤੱਕ ਤਾਂ ਮੁੰਡੇ ਦਾ ਚੱਕਰ ਨੀ ਹੁੰਦਾ ਉਹ ਯਾਰ ਹੁਣ ਜਿਕਣਾ ਆਪਾਂ ਨੇ ਅੱਗੇ ਪਿੱਛੇ ਪਰਚੀਆਂ ਕਰੀਆਂ ਲੋਟ ਨਟ ਸਾਰੇ ਬਦਲ ਹੋਣੇ ਅੱਖਾਂ ਦੇਖਣ ਦਾ ਫਰਕ ਹੈ
ਜੇ ਚੀਜ਼ਾਂ ਦਿਖਾਉਣ ਲੱਜਣ ਅੱਖਾਂ ਵਾਲੀ ਦੁਨੀਆ ਬਸ ਇਹ ਫੇ ਇਹਨੂੰ ਬੈਠ ਕੇ ਦਿਖਾ ਦੇ ਫੇ ਉਹੀ ਚੀਜ਼ ਦੇਣ ਲੱਗਦਾ ਤੇ ਖੜੇ ਕਰਕੇ ਹੁੰਦਾ ਬਹਿ ਕੇ ਦੇਖਦਾ ਬੈਠ ਕੇ ਦਿਖਾ ਦੇਖੋਗੇ ਇਹਦਾ ਉੱਪਰਲਾ ਦਿਖਦਾ ਉੱਪਰੇ ਦਿਖਦਾ ਫੇ ਦਿਖਦਾ ਐ ਜਿਆਦਾ ਫੁੱਟਿਆ ਵਾ ਉਰੇ ਤੇ ਦਿਖਦਾ ਦਿਖਦਾ ਹੁਣ ਇੱਥੇ ਤੇ ਐ ਸਿੱਧਾ ਦਿਖਦਾ ਸਿੱਧਾ ਪੈਂਦਾ ਇਹ ਨਹੀਂ ਨਹੀਂ ਹੈ ਕਿੱਦਾਂ ਤੂੰ ਵੀਡੀਓ ਲਾ ਕੇ ਦੇਖੀ ਨਾਲੇ ਚੈਨਲ ਸਬਸਕ੍ਰਾਈਬ ਕਰੀ ਸਹਿ ਜੱਜ ਠੀਕ ਨੇ ਨਾਲੇ ਵਿਊ ਵਧਾਈ ਮੇਰਾ ਭਾਈ ਆ ਫੇਰ ਦੇਖੀ ਵੀ ਉਹਦੇ ਚ ਕਿਹਾ ਜਾਂਦਾ ਇਹ ਜੇ ਪਾਣੀ ਲਾਉਣਾ ਗੁਣ ਤੈਨੂੰ ਸਾਰੇ ਬਸ ਬਸ ਗੁਰੂ ਨੂੰ ਕੌਣ ਮੰਨਦਾ ਆ ਬਾਬੇ ਤਾਂ ਚੇਲਾ ਚੇਲਾ ਗੁਰੂ ਗੁਰੂ ਚੇਲੂ ਚੇਲਾ ਫੇ ਗੁਰੂ ਦੇ ਪਾਰ ਹੋ ਜਾਂਦਾ ਹਾਂ ਠੀਕ ਨਹੀਂ ਗੱਲ ਹਾਂ ਇਹਨੂੰ ਸਮਝਾਏ ਕਰ ਬੜਾ ਜਾ ਸਮਝਾਉਂਦਾ ਮੈਂ ਤੈਨੂੰ ਵੀ ਸਮਝਾਉਂਦਾ ਰਹਿ ਵੀ ਨਾਲੇ ਚੈਨਲ ਸਬਸਕ੍ਰਾਈਬ ਕਰੋ ਹਾਂ ਮੈਂ ਤਾਂ ਕਹਿੰਦਾ ਵੀ ਇਹਨੂੰ ਰਹਿਣ ਦੇ ਸਾਰਾ ਕਿਆ ਨਟ ਨੁਟ ਕਸ ਲੋ ਨਾਲੇ ਨਟ ਲਿਆਉਣੇ ਨਵੇਂ ਉਹਦੇ ਵਾਲੇ ਓਰੀਜਨਲ ਨਟ ਲਿਆ ਕੇ ਪਾ ਦੀ ਪਹਿਲਾਂ ਸੋਹਣਾ ਟਾਈਮ ਕੱਢ ਕੇ ਨਟ ਪਾਉਂਗੇ ਵਧੀਆ ਲਿਆ ਕੇ ਇਹ ਮੈਨੂੰ ਨਾਲ ਦੇ ਹੀ ਲੱਗਦੇ ਚਾਚੇ ਨਟ ਨਾਲ ਦੇ ਨਹੀਂ ਜਿਹੜਾ ਦੇਖਦਾ ਹੈ ਤੇ ਪਹਿਲੇ ਤੁਹਾਡੇ ਕੋਲ ਸਾਡੇ ਕੋਲ ਤਾਂ ਕਦੇ ਹਿੱਲੀ ਹੋ ਨਹੀਂ ਇਹ ਸਾਡੇ ਤਾਂ ਦੋ ਨਟ ਪਾਏ ਗਏ ਸੀ ਕਦੇ ਉਹ ਨਹੀਂ ਹਿੱਲੀ ਆ ਤੁਹਾਡੇ ਕੋਲੇ ਚੱਲੀ ਆ ਪਹਿਲਾਂ ਸਾਡੇ ਕੋਲ ਕਿਹੜੀ ਪਹਿਲਾਂ ਹੋਈ ਜਾਂ ਸਬਜ਼ੀ ਗੁਰਪ੍ਰੀਤ ਦਾ ਵੀ ਗਈ ਸੀ ਗੁਰਪ੍ਰੀਤ ਨੇ ਤਾਂ ਚਲ ਇੰਨੀ ਸਬਜ਼ੀ ਨਹੀਂ ਲਾਈ ਪਹਿਲਾਂ ਜਾਂ ਸਾਡੇ ਕੋਲ ਸਬਜ਼ੀ ਹੁੰਦੀ ਸੀ ਜਦ ਉਹਦੇ 'ਚ ਫਿਰਦੀ ਹੁੰਦੀ ਸੀ ਹੈ ਲੋਟਾ ਇਹ ਵਧੀਆ ਕੰਮ ਚੱਲੀ ਜਾਂਦਾ ਇਹਦੇ ਨਾਲ ਅਸਾਂ ਲੱਗਦਾ ਹੀ ਨਹੀਂ ਮਾੜਾ ਮੋਟੀ ਲੈਣ ਦੀ ਉਹ ਖਿੱਚਦੀ ਹੈ ਜਿਹੜਾ ਨਾ ਟੁੱਟ ਗਿਆ ਨਾ ਟੁੱਟ ਗਿਆ ਹੁਣ ਹੁਣ ਕਿਆ ਕਰੀਏ ਉਹਦਾ ਫਾਂਟ ਤੁਸੀਂ ਲਾ ਲਾ ਚੱਲ ਲਾ ਲਓ ਖਾਲੀ ਤੇ ਜਾਣਾ ਪਾਣੀ ਲਾ ਦਿਓ ਇਹਦੀ ਸਪਰੇ ਉਹ ਕਰ ਲਓ ਸਪਰੇ ਕਰ ਦੇਣੀ ਹੋਰ ਤਾਂ ਕੱਖ ਹੈ ਨਹੀਂ ਢਿੱਲਾ ਹੀ ਆ ਯਾਰ ਪੂਰੇ ਬਾਅਦ ਖੇਤ ਸਾਫ਼ ਡੀਲੇ ਵੀ ਕਹਿੰਦਾ ਉੱਪਰ ਰੱਖ ਕੇ ਕਰ ਦੇਣੀ ਚਾਰ 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 ਲਈ ਹਾਂ ਅਜੀ ਕੱਖ ਵੀ ਲੈ ਕੇ ਢਿੱਲੇ ਨਹੀਂ ਕੱਖ ਵਾਲੀ ਛਾੜ ਛਾੜ ਹੋਊਗੀ ਕੱਖ ਵਾਲੀ ਛਾੜ ਛਾੜ ਹੋਣੀ ਹੈ ਦੋ ਉਹ ਲਾ ਲਿਓ ਡਬਲ ਵਾਲੀ ਬੈਟਰੀ ਵਾਲੇ ਨੂੰ ਨਿਊਜ਼ ਤੁਰੇ ਖੜ ਕੇ ਮਨ ਪਈ ਮਾਵਾਂ ਦਾ ਵੀ ਫੇਰਦੀ ਹੈ ਹਸ ਵੀਰ ਨਹੀਂ ਮੇਰੀ ਗੱਲ ਤਾਂ ਸੁਣ ਜਿਹੜੀਆਂ ਦੋ ਨਿਊਜ਼ ਲਾ ਆਪਾਂ ਬੈਟਰੀ ਵਾਲੇ ਪੰਪ ਨੂੰ ਲਾਉਂਦੇ ਆ ਇੱਕ ਗੰਨ ਜੀ ਮੈਂ ਲਿਆਉਂਦਾ ਇੱਕ ਤੁਸੀਂ ਲਿਆਓ ਪੰਪ ਮੇਰੇ ਕੋਲ ਵੀ ਹੈਗਾ ਤੁਹਾਡੇ ਕੋਲ ਵੀ ਮੇਰੇ ਨਾਲ ਬੈਟਰੀਆਂ ਗੱਲ ਤਾਂ ਸੁਣ ਨਾਲੇ ਤਾਂ ਮੈਂ ਵੀ ਦੋ ਲਾ ਕੇ ਕਰ ਲੂੰਗਾ ਉਹ ਤੂੰ ਹੋਣੀ ਨਾ ਹਾਂ ਉਹ ਹੁੰਦੀਆਂ ਨੇ ਫਿਰ ਦੋ ਸਿਆੜ ਇੱਕ ਵਾਰ ਮੈਂ ਚਲੇ ਜਾਂਦੇ ਆ ਅੱਛਾ ਆਓ ਠੀਕ ਹੈ ਨਾਲੇ ਕੋਰਾ ਜੀ ਨੂੰ ਟਿੱਕਰ ਨਿਓ ਤੁਸੀਂ ਲਿਆਓ ਪੈਪ ਉਹ ਨਸਣੇ ਨਿਊਜ਼ ਲਾ ਇੱਕ ਮੈਂ ਲਿਆਉਂਦਾ ਕੋਰਾ ਜੀ ਨੂੰ ਲੋਟਾ ਹੈ ਕੋਰਾ ਜੀ ਨੂੰ ਵੀ ਲੋਟਾ ਉਹ ਦੋ ਸਿਆੜ ਇਕੱਠੇ ਲੈ ਜਾਂਦੀ ਹੈ ਨਾਲੇ ਐਨ ਗੱਬੇ ਵਿੱਚ ਸੋ ਨਾਲੇ ਵਿੱਚ ਨਾਲੇ ਅੱਜ ਐਨ ਸਿਆੜ ਚ ਸਪਰੇ ਹੋ ਜਾਣੀ ਉਹਦੀ ਹਾਂ ਹਾਂ ਹੈ ਨਾ ਇੱਧਰ ਡੀਲਾ ਜ਼ਿਆਦਾ ਇਹਦੇ ਚ ਜਿਹਦੀ ਨਹੀਂ ਨਾ ਲੱਗੀ ਉਹਦੇ ਕਰਕੇ ਡੀਲਾ ਡੀਲਾ ਚੱਲੀਆਂ ਕਰੀ ਸੈਂਪਰਾਂ ਮੈਂ ਕਸੋਤਾ ਜਮਾਂ ਹੀ ਥੱਲੇ ਲਾਤਾ ਪੀਲਾ ਹੋ ਗਿਆ ਨਾ ਜਮਾਂ ਮੈਂ ਉਹੀ ਕਹਿੰਦਾ ਫਿਰ ਆਪਾਂ ਹੈ ਕਹਿੰਦਾ ਕਲੰਬਰ ਹੈ ਨਾ ਗੰਨਾ ਜੰਮ ਬਹੁਤ ਵਧੀਆ ਵਧੀਆ ਸਭ ਸਾਰੇ ਹੀ ਚੱਲੇ ਆ ਵਧੀਆ ਗੰਨਾ ਇੱਕ ਬੈਣਾ ਆਉਂਦੀਆਂ ਉਰੇ ਹੁਣ ਅੱਛਾ ਹੁਣ ਡਰਨੇ ਲਾਉਣੇ ਪੈਣੇ ਉਰੇ ਹੇਠਲੇ ਜਗ੍ਹਾ ਬੀਜਿਆ ਫਿਰ ਹੇਠਲੇ ਮੈਂ ਤਾਂ ਚਰੀ ਯੂਰੀ ਬੀਜਣੀ ਹੈ ਬੂਟਾ ਹੀ ਖੜਾ ਹੈ ਪਾਣੀ ਤਾਂ ਨਹੀਂ ਲਾਉਣਾ ਚਰੀ ਤਾਂ ਹੋਣੀ ਨਹੀਂ ਦੂਆ ਬਾਜਰਾ ਸਰ ਬਾਜਰਾ ਬੀਜੂਗੇ ਚਰੀ ਨਾ ਬੀਜੋ ਹੋਰ ਪੀੜਾ ਬੀਜ ਦੇਣਾ ਹਾਂ ਚਰੀ ਨਾ ਬੀਜਿਓ ਚਰੀ ਨਹੀਂ ਹੁੰਦੀ ਉੱਥੇ ਆ ਦੇਖ ਜਰਾ ਚੱਲ ਮੈਂ ਦੇਖ ਲੈ ਕੱਦਾ ਬੀਜਿਆ ਹਾਂ ਇਹ ਬਾਈ ਜੱਲੇ ਬਾਈ ਦਾ ਗੰਨਾ ਹੈ ਤੇ ਅਕਤੂਬਰ ਦਾ ਬੀਜ ਹੋਇਆ ਵਾ ਅਕਤੂਬਰ ਦਾ ਰੇਰੂ ਜ਼ਿਆਦਾ ਪੈ ਗਿਆ ਕੰਨੇ ਚ ਇਹ ਨਹੀਂ ਨਹੀਂ ਉਹ ਕੰਗਿਆਰੀ ਵਾਲੀ ਹੋਗਾ ਇਹ ਬਾਈ ਜਿਹੜੀ ਇਹ ਵੀ 95 ਬੀਜ ਆ ਇਹ ਪਹਿਲਾਂ ਮੇਰੇ ਵਾਲੇ ਤੇ ਪ੍ਰੋਬਲਮ ਆ ਗਈ ਸੀ ਜਿਹੜੇ ਮੈਂ ਚਾਰ ਕੱਡੱਕੇ ਪੱਟ ਕੇ ਬਾਹਰ ਸਿੱਟੇ ਆ ਵੱਢ ਕੇ ਤਾਂ ਬਾਈ ਨੇ ਵੀ ਸਿੱਟੇ ਆ ਪਰ ਇਹਦੇ 'ਚ ਪ੍ਰੋਬਲਮ ਆ ਗਈ ਥੋੜ੍ਹੀ ਜਿਹੀ ਉਹ ਦੱਸਦਾ ਤਾਂ ਜੱਲਾ ਬਾਈ ਕਹਿੰਦਾ ਵੀ ਐਂ ਤੇ ਐਂ ਚੱਕਰ ਜਿਹਾ ਹੋ ਗਿਆ ਉਹ ਮੈਨੂੰ ਪੁੱਛਦਾ ਮੈਂ ਕਿਹਾ ਮੇਰਾ ਤਾਂ ਹਲੇ ਛੋਟਾ ਏ ਬਸ 10 ਕੁ ਦਿਨ ਬਾਅਦ ਮੇਰੇ ਹੋ ਗਈ ਹੈ ਨਾ ਬੀਜ ਦਾ ਫਰਕ ਪੈ ਗਿਆ ਇਹ ਵੀ 95 ਹਸ ਵੀਰ ਵਾਲਾ ਵੀ 95 ਆ ਮੇਰੇ ਕੋਲ ਵੀ ਆ 95 ਉਹਨੂੰ ਵੀ ਬਿਮਾਰੀ ਇਹਨੂੰ ਵੀ ਬਿਮਾਰੀ ਆ ਹਸ ਵੀਰ ਵਾਲੇ ਨੂੰ ਹੈ ਨਹੀਂ ਦੱਬ ਮੋਟਰ ਕੱਲ ਨੂੰ ਹੋਰ ਦੱਬ ਮੋਟਰ ਕੱਲ ਗੱਲ ਕਰੋ ਇਹਨੂੰ ਭਾਰੇ ਯਾਰ ਠੀਕ ਨਹੀਂ ਗੱਲ ਪਾਣੀ ਲਾ ਕੇ ਨਾ ਸਪਰੇ ਕਰ ਓਕੇ ਮੈਂ ਸੈਂਪਲ ਲਿਆਉਂਗਾ ਕੱਲ ਨੂੰ ਫੜ ਕੇ ਆ ਮੈਂ ਤਾਂ ਕਹਿੰਦਾ ਦੱਬ ਦੇ ਆਟੋਮੈਟਿਕ ਇੱਕ ਪਾਸੇ ਦੱਬ ਦੇ ਹੈ ਕਿ ਨਹੀਂ ਹੋਰ ਹੋਰ ਇਹਦੇ ਬਾਅਦ ਦਵਾਈ ਕਰਕੇ ਗਿੱਲੇ ਗਿੱਲੇ ਪਰ ਗਿੱਲੇ ਪਰ ਹੋਣੀ ਸੈਂਪਰਾ ਤੇ ਹੈ ਸੈਂਪਰਾ ਵੀ ਪੈਰ ਗੜਦੇ ਚ ਹੋਣੀ ਆ ਦੂਈ ਵੀ ਪੈਰ ਗੜਦੇ ਚ ਹੋਣੀ ਇੱਕ ਦਿਨ ਪਹਿਲਾਂ ਕੱਖ ਵਾਲੀ ਕਰਦੇ ਆ ਪਹਿਲਾਂ ਉਹਦੇ ਬਾਅਦ ਸੈਂਪਰਾ ਹੈ ਸੈਂਪਰਾ ਮੜੀ ਜੀ 8 ਵਜੇ ਪੂਰੀ ਹੋ ਜਾਣੀ ਨਹੀਂ ਗਿੱਲੇ ਪਰ ਹੋਵੇ ਵਧੀਆ ਚੱਲ ਨਹੀਂ ਫਿਰ ਤੂੰ ਅਲਟਰਾਜੀਨ ਪਾ ਲਾ ਕਰ ਲੈ ਪਹਿਲਾਂ ਅਲਟਰਾਜੀਨ ਤਾਂ ਮੈਂ ਪਰਸੋਂ ਕਰ ਦੇਣੀ ਹੈ ਹਾਂ ਸਭ ਕੱਲ ਭਰ ਦੂਗਾ ਜੀ ਦੋ ਫਿਰ ਫਿਰ ਭਾਈ ਇੱਕ ਕਿਲਾ ਇੱਕ ਪਾ ਲੈ ਬੜੀ ਇੱਕ ਪਰਸੋਂ ਭਰ ਲੈ 4 ਘੰਟੇ ਤਾਂ ਲੈਟ ਆਉਂਦੀ ਪੰਜ ਦੋ ਦਿਨ ਚ ਭਰਦਾ ਇਹ ਪਾਣੀ ਕਿਹੜੇ ਨੂੰ ਪੈਂਦਾ ਉਹ ਪਾਲੇ ਨੂੰ ਪੈਂਦਾ ਉਹਨੂੰ ਪੈਂਦਾ ਕਿਸੇ ਨੂੰ ਪੈਂਦਾ
नक्का देख होने देख लो। चलो ठीक है जी, मिलते हैं किसी अगले ब्लॉग च। ਸਸਿਕਾਲ ਜੀ ਸਾਰਿਆਂ ਨੂੰ ਤੇ ਚੱਲਦੇ ਆ ਹੁਣ ਘਰ ਨੂੰ। ਠੀਕ, ਸਸਿਕਾਲ ਜੀ।